पुलिस वल्लों आटो रिक्शा ते UID नंबर लगाउण ते आटो संचालक परेशानी च आ गए हन। आटो संचालकां दा कहना है कि उन्हां दे चलान भुगते नहीं जा रहे अते कागज पूरे नहीं हो रहे हन, इसलिए उन्हां नूं विशेष रियायतां दित्तियां जाण। आटो रिक्शा संचालक ओम प्रकाश जोधन की अगवाई विच आटो संचालकां वल्लों डिप्टी कमिश्नर दे नाम दा मंग पत्र जिला मालसर जोगिंदर सिंह नूं दित्ता गया, जिस विच उन्हां वल्लों मंग कीती गई कि उह पुलिस कमिश्नर वल्लों लए गए फैसले का स्वागत करते हन, परंतु UID नंबर लगाउण वास्ते जो कागजात उन्हां तों मंगे जा रहे हन उन्हां नूं पूरा करन विच समस्यावां आ रहियां हन। लॉकडाउन कारण दफ्तर अते अदालतां बंद हन, जिस कारण उन्हां दे होए चलान भुगते नहीं जा रहे। यही नहीं, ਉਹ ਆਟੋ ਦੀਆਂ ਕਿਸ਼ਤਾਂ ਵੀ ਭਰ ਨਹੀਂ ਸਕੇ ਹਨ ਅਤੇ ਇਸ ਵਿੱਚ ਉਹਨਾਂ ਨੂੰ ਰਾਇਤ ਦਵਾਈ ਜਾਵੇ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਓਮ ਪ੍ਰਕਾਸ਼ ਚੋਧਾ ਨੇ ਮੰਗ ਕੀਤੀ ਹੈ ਕਿ ਉਹਨਾਂ ਆਟੋ ਨੂੰ ਬੰਦ ਕਰਵਾਇਆ ਜਾਵੇ ਜੋ ਬਿਨਾਂ ਰਜਿਸਟ੍ਰੇਸ਼ਨ ਅਤੇ ਕਾਗਜ਼ਾਂ ਤੋਂ ਚਲਾਏ ਜਾ ਰਹੇ ਹਨ। ਅੱਜ ਅਸੀਂ DC ਸਾਹਿਬ ਨੂੰ ਮੰਗ ਪੱਤਰ ਦੇਣ ਲਈ ਆਏ ਹਾਂ ਕਿ ਸਾਡਾ ਇਹ ਮੰਗ ਪੱਤਰ ਤੇ ਕਾਰਵਾਈ ਕੀਤੀ ਜਾਵੇ, ਕਿਉਂਕਿ ਅਸੀਂ ਇਹਨਾਂ ਤੋਂ ਪਹਿਲਾਂ ਵੀ ਕਈ ਮੰਗ ਪੱਤਰ ਦੇ ਚੁੱਕੇ ਹਾਂ ਪਰ ਉਹਦੇ ਕੋਈ ਕਾਰਵਾਈ ਨਹੀਂ ਹੋਈ। ਅਸੀਂ ਹੁਣ ਸਰਕਾਰ ਨੂੰ ਇਹੀ ਕਹਿੰਦੇ ਹਾਂ ਵੀ ਜਿਹੜੇ ਸਟਿੱਕਰ ਲੱਗ ਰਹੇ ਨੇ ਉਹ ਠੀਕ ਹੈ, ਕਿਉਂਕਿ ਆਟੋ ਰਿਕਸ਼ਾ ਵਿੱਚ ਗਲਤ ਅੰਸਰ ਬਹੁਤ ਆ ਚੁੱਕੇ ਨੇ। ਗਲਤ ਅੰਸਰ ਉਹ ਸਵਾਰੀਆਂ ਦੀ ਲੁੱਟ ਸੁੱਟ ਕਰਦੇ ਨੇ, ਇਸ ਲਈ ਅਸੀਂ ADC ਸਾਹਿਬ ਨੂੰ ਇਹ ਮੰਗ ਕੀਤੀ ਹੈ ਕਿ ਸਾਨੂੰ ਕੈਂਪ ਲਾ ਕੇ ਲਾਇਸੈਂਸ ਬਣਾਏ ਜਾਣ ਔਰ ਲੋਕ ਅਦਾਲਤ ਲਾ ਕੇ ਸਾਡੇ ਪੁਰਾਣੇ ਜਿਹੜੇ ਪੈਂਡਿੰਗ ਚਲਾਨ ਪੈ ਰਹੇ ਪੰਜਾਬ 'ਚ ਹੀ ਨਹੀਂ ਬਣਦੇ ਜੀ, ਸਿੱਧਾ ਸਾਫਤਾ ਇੱਥੇ ਹੈ, ਇੱਥੇ ਏਜੰਟ ਕੋਈ ਕੰਮ ਨਹੀਂ ਕਰਦੇ। ਕਾਰਨਾਂ ਵੀ ਇੱਕ ਤਾਂ ਆਟੋ ਰਿਕਸ਼ਾ 'ਚ ਲਾਕਡਾਊਨ ਲੱਗਣ ਕਰਕੇ ਕੰਮ ਨਹੀਂ ਹੋਇਆ। ਲਾਇਸੈਂਸ ਜੇ ਬਣੂਗਾ ਤਾਂ ਹੀ ਇਹਨਾਂ ਨੇ ਬਣਾਉਣਾ। ਅਸੀਂ ਇਹ ਕਹਿੰਦੇ ਵੀ ਸਾਡਾ ਕੈਂਪ ਲਾ ਕੇ 3-wheeler ਦਾ ਲਾਇਸੈਂਸ ਬਣਾਇਆ ਜਾਵੇ ਤਾਂ ਕਿ ਆਟੋ ਰਿਕਸ਼ਾ ਨੂੰ ਰਾਹਤ ਮਿਲ ਸਕੇ। ਔਰ ਦੂਸਰੀ ਗੱਲ ਹੈ, ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਇਤਨੀਆਂ ਵੱਧ ਗਈਆਂ ਨੇ ਕਿ ਲੋਕਾਂ ਨੂੰ ਗੁਜ਼ਾਰਾ ਕਰਨਾ ਬੜਾ ਔਖਾ ਹੋ। ਕੈਮਰਾਮੈਨ ਨੀਲਕਮਲ ਮੋਨੂ ਦੀ ਰਿਪੋਰਟ, ਦਾ ਸਮਰ ਨਿਊਜ਼। ਵਧੇਰੀ ਜਾਣਕਾਰੀ ਲਈ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ ਤੇ ਸਬਸਕ੍ਰਾਈਬ ਕਰੋ YouTube ਚੈਨਲ ਨੂੰ ਤੇ Instagram ਨੂੰ ਫੋਲੋ ਕਰਨਾ ਨਾ ਭੁੱਲਿਓ।